जी सर, एनआरआई सभा पंजाब जिहदी कि इलेक्शन अनाउंस हो चुकी है, उहदे बारे तुहाडे माध्यम राही मैं जिहड़े साडे एनआरआई सभा दे मैंबर्स हैगे ने उन्हां नूं अपील करांगा कि इह इलेक्शन जिहड़ी 5 जनवरी नूं हो रही है उहदे विच वध तों वध हिस्सा लैण, और जो अगले प्रेजिडेंट की इलेक्शन हैगी उहदे वास्ते जिहड़ा हैगा उहनां चोणां च हिस्सा लिया जाए। सो इहदे विच मैं दसना चाहवांगा कि 27 अक्तूबर तक ਨਵੇਂ ਮੈਂਬਰ ਜਿਹੜੇ ਹੈਗੇ ਆ ਉਹ ਅਪਲਾਈ ਕਰਕੇ ਮੈਂਬਰ ਬਣ ਸਕਦੇ ਹਨ ਔਰ ਉਹਨਾਂ ਨੂੰ ਵੋਟਿੰਗ ਰਾਈਟ ਜਿਹੜਾ ਹੈਗਾ ਮਿਲੇਗਾ। ਸੋ ਇਸ ਤੋਂ ਇਲਾਵਾ ਜਿਹੜੀ ਸਾਡੀ ਵੋਟਰ ਸੂਚੀ ਦਾ ਕੰਮ ਹੈਗਾ ਉਹ ADC ਅਰਬਨ ਡਿਵੈਲਪਮੈਂਟ ਜਿਹੜੇ ਹੈਗੇ ਨੇ ਸਰਦਾਰ ਜਸਵੀਰ ਸਿੰਘ ਉਹ ਦੇਖ ਰਹੇ ਨੇ। ਸੋ ਉਹਨਾਂ ਜਿਹੜਾ ਸਾਡੀ ਵੋਟਰ ਸੂਚੀ ਹੈ ਉਹ 3/11 ਨੂੰ ਪਬਲਿਸ਼ ਕੀਤੀ ਜਾਏਗੀ ਔਰ ਉਹਦੇ ਜਿਹੜੇ ਕਲੇਮ ਓਬਜੈਕਸ਼ਨ ਹੈਗੇ ਉਹ 10/11 ਤੱਕ ਲੈ ਜਾਣਗੇ। ਸੋ ਇਹ ਡਿਸਾਈਡ ਜਿਹੜਾ ਕਰਨਗੇ 17/11 ਤੱਕ ਕਲੇਮ ਓਬਜੈਕਸ਼ਨ ਡਿਸਾਈਡ ਹੋਣਗੇ ਔਰ ਸਾਡੀ 5 ਦਸੰਬਰ ਨੂੰ ਵੋਟਰ ਸੂਚੀ ਜਿਹੜੀ ਪਬਲਿਸ਼ ਕੀਤੀ ਜਾਏਗੀ। ਸੋ ਇੱਥੇ ਜਿਹੜਾ ਸਾਡਾ ਇਲੈਕਸ਼ਨ ਪ੍ਰੋਗਰਾਮ ਹੈਗਾ ਉਹਦੇ 'ਚ ਜਿਹੜੀ ਡੇਟ ਆਫ ਨੋਮੀਨੇਸ਼ਨ ਹੈਗੀ ਹੈ ਉਹ 11 ਅਤੇ 12 ਦਸੰਬਰ 2 ਦਿਨ ਹੋ ਸਕਦੀ ਹੈ। ਸਕਰੂਟਰੀ ਜਿਹੜੀ ਹੈਗੀ ਉਹ 13 ਦਸੰਬਰ ਨੂੰ ਹੋਏਗੀ। ਜਿਹੜੀ ਕੋਈ ਅਟੈਂਪਟ ਟੂ ਐਕਸਪਲੋਰ ਪੋਸੀਬਿਲਿਟੀ ਯੂਨੈਨੀਮਿਟੀ ਬਾਰੇ ਜਿਹੜੀ ਹੈਗੀ ਹੈ ਉਹਦੇ ਵਿੱਚ 14 ਅਤੇ 15 ਦਸੰਬਰ 2 ਦਿਨ ਰੱਖੇ ਗਏ ਨੇ, ਔਰ ਜੇਕਰ ਯੂਨੈਨੀਮਿਟੀ ਨਹੀਂ ਹੁੰਦੀ ਤਾਂ ਫਿਰ ਲਾਸਟ ਡੇਟ ਵਿਦਡਰੋਲ ਦੀ ਹੈਗੀ 22 ਦਸੰਬਰ ਅਤੇ ਪੋਲਿੰਗ ਦੀ ਡੇਟ ਹੈਗੀ 5 ਜਨਵਰੀ। ਸੋ 9 ਤੋਂ 5 ਸਮਾਂ ਹੈਗਾ ਉਹਦਾ ਔਰ ਇਮੀਜੀਏਟਲੀ ਬਾਅਦ ਦੇ ਵਿੱਚ ਜਿਹੜਾ ਗਿਣਤੀ ਜਿਹੜੀ ਵੋਟਾਂ ਦੀ ਉਹ ਹੋਏਗੀ। ਸੋ ਇੱਕ ਵਾਰ ਫਿਰ ਮੈਂ ਆਪਣੇ ਜਿੰਨੇ ਵੀ ਸਾਡੇ ਮੈਂਬਰਸ ਹੈਗੇ ਨੇ ਐਨਆਰਆਈ ਸਭਾ ਦੇ ਉਹਨਾਂ ਨੂੰ ਅਪੀਲ ਕਰਾਂਗਾ ਕਿ ਉਹ ਇਸ ਇਲੈਕਸ਼ਨ ਦੇ ਵਿੱਚ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਉਣ, ਸਾਡੇ ਵਿੱਚ ਵੱਧ ਤੋਂ ਵੱਧ ਜਿਹੜੇ ਹੈਗੇ ਐਨਆਰਆਈ ਸਭਾ ਦੇ ਇਲੈਕਸ਼ਨ ਦੇ ਵਿੱਚ ਹਿੱਸਾ ਪਾਉਣ ਤਾਂ ਜੋ ਅਗਲੀ ਜਿਹੜੀ ਟੈਨਿਊਰ ਪ੍ਰੈਜ਼ੀਡੈਂਟ ਦੀ ਉਹਦੇ ਵਾਸਤੇ ਜਿਹੜੀ ਚੋਣ ਵਧੀਆ ਢੰਗ ਨਾਲ ਹੋ ਸਕੇ।